ਅੱਖੀਆਂ ਤੇ ਛਾਇਆ ਰੰਗ ਤੇਰੇ ਹੀ ਖਿਆਲ ਦਾ, ਦੂਜਾ ਕੋਈ ਵੇਖਿਆ ਨਾ ਮੈਂ ਤੇਰੇ ਨਾਲ ਦਾ। ਹੀਰੇ ਨੇ ਨਸ਼ਾ ਤੇਰਾ ਕਰਕੇ, ਨਾ ਪੁੱਛ ਮੁਝੇ ਕਿਆ ਹੋ ਗਿਆ। ਜੀ ਹਾਂ, ਯੂ ਗੈਸਟ ਇਟ ਰਾਈਟ, ਅੱਜ ਮੇਰੇ ਨਾਲ ਹੈਗੇ ਦੀਪਮਨੀ। ਇੰਨਾ ਵੀ ਨਾ ਡੁੱਪ ਸ਼ੋ, ਜੇ ਸਾਰੇ ਗਾਣੇ ਮੈਂ ਹੀ ਗਾਤੇ ਤੇ ਦੀਪਮਨੀ ਕੀ ਗਾਣਗੇ। ਜੀ ਹਾਂ ਦੀਪਮਨੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੰਡੀਆ ਨਿਊਜ਼ ਪੰਜਾਬ 'ਤੇ। ਸਤਿ ਸ਼੍ਰੀ ਅਕਾਲ ਇੰਡੀਆ ਨਿਊਜ਼ ਪੰਜਾਬ ਵਾਲਿਆਂ ਨੂੰ, ਮੇਰੀ ਤਰਫੋਂ ਜੀ ਸਤਿ ਸ਼੍ਰੀ ਅਕਾਲ। ਕਿੱਦਾਂ ਠੀਕ ਹੋ ਜੀ? ਮੈਂ ਠੀਕ ਹਾਂ, ਤੁਸੀਂ ਦੱਸੋ ਤੁਸੀਂ ਕਿਵੇਂ? ਹਾਲੇ ਤੱਕ ਤਾਂ ਠੀਕ ਹੈ। ਹਾਲੇ ਤੱਕ ਠੀਕ ਹਾਂ। ਅਤੇ ਦੀਪਮਨੀ, ਮੈਂ ਵੀ ਬਹੁਤ ਐਕਸਾਈਟਡ ਹਾਂ ਇਹ ਜਾਣ ਕੇ, ਔਰ ਤੁਹਾਡਾ ਗਾਣਾ ਸੁਣ ਕੇ। ਹੀਰੇ ਸੌਂਗ ਜਿਹੜਾ ਹੈ ਕਾਫੀ ਟ੍ਰੇਨ ਕਰ ਰਿਹਾ ਹੈ, ਔਰ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਭ ਤੋਂ ਪਹਿਲਾਂ। ਵੈਸੇ ਤਾਂ ਤੁਸੀਂ ਬਾਲੀਵੁੱਡ 'ਚ ਐਂਟੀ ਵੀਰੇ ਕੀ ਵੈਡਿੰਗ 'ਚ ਮਾਰ ਲਈ ਸੀ, ਪਰ ਇਹ ਮੇਜਰਲੀ ਦਿਸ ਇਜ਼ ਮਾਈ ਡੈਬਿਊ ਟਰੈਕ ਵਿੱਚ ਆਈ ਐਮ ਕੰਸੀਡਰਿੰਗ, ਜੋ ਮੈਂ ਕੰਸੀਡਰ ਕਰਦਾ ਕਿ ਇਸ ਤੋਂ ਵੱਡਾ ਗਾਣਾ ਸ਼ਾਇਦ ਕਿਸੇ ਸਿੰਗਰ ਦੀ ਲਾਈਫ 'ਚ ਇੰਨੀ ਛੇਤੀ ਆਏ। ਐਗਜੈਕਟਲੀ, ਉਹ ਵੀ ਸਲਮਾਨ ਖਾਨ ਦੀ ਫਿਲਮ 'ਚ, ਯੂ ਨੋ, ਰੇਸ 3 ਦੀ ਫਿਲਮ 'ਚ, ਜੈਕਲਿਨ ਫਰਨਾਂਡਿਸ ਫਿਲਮ 'ਚ ਹੈਗੀ ਹੈ, ਅਤੇ ਦੋਵਾਂ ਦੀ ਕੈਮਿਸਟਰੀ ਵੀ ਕਮਾਲ ਦੀ ਹੈ, ਅਤੇ ਇਹ ਸੌਂਗ ਤੁਸੀਂ ਕਰ ਰਹੇ ਹੋ, ਅਤੇ ਕਿਵੇਂ ਦਾ ਤੁਹਾਨੂੰ ਜਦ ਪਤਾ ਲੱਗਿਆ ਕਿ ਤੁਹਾਨੂੰ ਇਹ ਸੌਂਗ ਕਰਨਾ ਹੈ, ਹਾਊ ਵਾਜ਼ ਯੋਰ ਰਿਐਕਸ਼ਨ? ਇਟਸ ਲਾਈਕ ਅ ਡ੍ਰੀਮ ਕਮ ਟਰੂ। ਹੋਰ ਇਸ ਤੋਂ ਜ਼ਿਆਦਾ ਕੋਈ ਰਿਐਕਸ਼ਨ ਨਹੀਂ ਸੀ। ਸੱਚੇ ਪਾਤਸ਼ਾਹ ਦਾਤਾ ਦਾ ਬਹੁਤ ਸ਼ੁਕਰਗੁਜ਼ਾਰ ਸੀਗਾ, ਮਾਂ ਬਾਪ ਦਾ ਜਿਨ੍ਹਾਂ ਨੇ ਜਨਮ ਦਿੱਤਾ ਇੰਨਾ, ਅਤੇ ਮੀਤ ਬ੍ਰਦਰਸ ਜਿਨ੍ਹਾਂ ਨੇ ਗਾਣਾ ਬਣਾਇਆ ਮੇਰੇ ਨਾਲ ਬੈਠ ਕੇ। ਐਗਜੈਕਟਲੀ, ਮੀਤ ਬ੍ਰਦਰਸ, ਅਤੇ ਮੀਤ ਬ੍ਰਦਰਸ ਨਾਲ ਤੁਹਾਡਾ ਕਿਵੇਂ ਦੀ ਕੈਮਿਸਟਰੀ ਹੈਗੀ ਹੈ ਤੁਹਾਡੀ? ਮੈਂ ਜੀ ਉਹ ਹੁਣ ਆਪਾਂ ਤਿੰਨ ਭਰਾ ਹੈਗੇ ਹਾਂ, ਮਨਮੀਤ ਭਾਅ ਜੀ, ਹਰਮੀਤ ਭਾਅ ਜੀ ਅਤੇ ਦੀਪਮਣੀ, ਵੀ ਆਰ ਥ੍ਰੀ ਬ੍ਰਦਰਸ ਨਾਓ, ਨਾਟ ਟੂ, ਵੀ ਆਰ ਥ੍ਰੀ ਨਾਓ। ਥ੍ਰੀ ਨਾਓ, ਅਤੇ ਹੀਰੇ ਸੌਂਗ, ਯੂ ਨੋ, ਕਾਫੀ ਜ਼ਿਆਦਾ ਜਿਵੇਂ ਕਿ ਮੈਂ ਦੱਸਿਆ ਟ੍ਰੈਂਡ ਕਰ ਹੀ ਰਿਹਾ, ਅਤੇ ਸੌਂਗ ਨੂੰ ਕਾਫੀ ਜ਼ਿਆਦਾ ਪਸੰਦ ਮਿਲ ਰਿਹਾ, ਫੈਨਸ ਦਾ ਬਹੁਤ ਪਿਆਰ ਮਿਲ ਰਿਹਾ, ਅਤੇ ਆਪਾਂ ਸ਼ੋਅ ਦੀ ਸ਼ੁਰੂਆਤ ਤਾਂ ਕਰ ਹੀ ਦਿੱਤੀ ਹੈ, ਅਤੇ ਮੈਂ ਚਾਹੁੰਦੀ ਹਾਂ ਕਿ ਸਾਡੇ ਜਿਹੜੇ ਸਰੋਤੇ, ਸਾਡੇ ਦਰਸ਼ਕ ਹੈ ਨਾ, ਉਹ ਇੱਕ ਸੌਂਗ ਤੁਹਾਡੇ ਤੋਂ ਲਾਈਵ ਵੀ ਸੁਣਨਾ ਚਾਹੁੰਦੇ ਆ। ਪਹਿਲਾਂ ਸੌਂਗ ਸੁਣ ਲੈਣੇ, ਬਾਕੀ ਦੀ ਗੱਲਾਂ ਬਾਅਦ 'ਚ। ਅੱਖੀਆਂ ਤੇ ਛਾਇਆ ਰੰਗ ਤੇਰੇ ਹੀ ਖਿਆਲ ਦਾ, ਦੂਜਾ ਕੋਈ ਵੇਖਿਆ ਨਾ ਮੈਂ ਤੇਰੇ ਨਾਲ ਦਾ। ਨੀ ਹੀਰੇ ਹੀਰੇ ਨੀ ਨਸ਼ਾ ਤੇਰਾ ਕਰਕੇ, ਨਾ ਪੁੱਛ ਹਮੇ ਕਿਆ ਹੋ ਗਿਆ, ਹਾਏ ਰਾਂਝਾ ਇਹ ਤਬਾਹ ਹੋ ਗਿਆ। ਜੀ ਹਾਂ, ਰਾਂਝਾ ਇਹ ਤਬਾਹ ਹੋ ਗਿਆ। ਅਤੇ ਦੀਪਮਨੀ ਦੇ ਸੌਂਗਸ ਦੀ ਗੱਲ ਕਰੀਏ, ਤਾਂ ਜਿੰਨੇ ਵੀ ਸੌਂਗਸ ਅੱਜ ਤੱਕ ਆਏ, ਇੱਕ ਤੋਂ ਵੱਧ ਕੇ ਇੱਕ ਸੌਂਗਸ ਆਏ, ਫਿਰ ਭਾਵੇਂ ਗੱਲ ਕਰੀਏ ਇੰਨਾ ਵੀ ਨਾ ਡੁੱਪ ਛੁੱਪ ਮਾਰਿਆ ਕਰੋ, ਵਨ ਆਫ ਮਾਈ ਫੇਵਰੇਟ ਟਰੈਕ। ਮਤਲਬ ਜਦ ਵੀ ਗਾਣਾ ਆਉਂਦਾ ਸੀ ਨਾ, ਅਗਰ ਮੈਂ ਸੀਰੀਅਸ ਮੂਡ 'ਚ ਵੀ ਹੁੰਦੀ ਸੀ ਤਾਂ ਮੈਂ ਨੱਚਣ ਲੱਗ ਜਾਂਦੀ ਸੀ, ਔਰ ਇੱਥੇ ਜਿੰਨੇ ਵੀ ਮੇਰੇ ਬੈਠੇ ਆ, ਫਰੈਂਡਸ ਬੈਠੇ ਆ, ਕੁਲੀਗਸ ਬੈਠੇ ਆ, ਉਹਨਾਂ ਦਾ ਵੀ ਸਭ ਦਾ ਫੇਵਰੇਟ ਸੌਂਗ ਹੈ। ਜਦ ਪਤਾ ਲੱਗਿਆ ਕਿ 7 ਸਾਲ ਪਹਿਲੇ ਆਇਆ ਸੀ, 6 ਸਾਲ ਪਹਿਲੇ ਆਲਮੋਸਟ, ਹੈ ਨਾ, 12, 18, 6 ਸਾਲ ਹੋ ਗਏ ਜੀ। ਅਤੇ ਉਸ ਚੀਜ਼, ਉਹ ਟਾਈਮ 'ਚ ਵੀ ਉਹ ਨਵੀਂ ਚੀਜ਼ ਸੀ ਬਿਲਕੁਲ, ਉਦੋਂ ਤਾਂ ਵੀਡੀਓ ਯੋਟ ਲਿਆਉਣਾ, ਹੈ ਨਾ, ਸਮਥਿੰਗ ਰੀਅਲੀ ਨਿਊ। ਅਤੇ ਹੁਣ ਜਿਹੜਾ ਹੀਰੀਆ ਹੈ, ਹੀਰ ਰਾਂਝੇ ਦਾ ਕੋਂਬੀਨੇਸ਼ਨ ਹੈ, ਉਹ 2018 ਵਾਲਾ ਕੋਂਬੀਨੇਸ਼ਨ, ਮਤਲਬ ਪੋਲ ਡਾਂਸ ਕਰ ਰਹੇ ਨੇ ਜੈਕਲੀਨ ਜੀ। ਸਲਮਾਨ ਖਾਨ ਸਾਹਿਬ ਨੇ ਕਾਫੀ ਅਰਸੇ ਬਾਅਦ ਡਾਂਸ ਕੀਤਾ, ਐਂਡ ਕੰਪੀਟੀਸ਼ਨ ਵੀ ਲਗਾਤੇ ਨੇ ਹੁਣ ਟਿਪਸ ਵਾਲਿਆਂ ਨੇ ਕਿ ਉਹ ਡਾਂਸ ਮੂਵਸ ਕਰੋ ਜੋ ਸਲਮਾਨ ਭਾਈ ਨੇ ਕੀਤੇ ਨੇ, ਅਤੇ ਉਹ ਕੰਪੀਟੀਸ਼ਨ ਚੱਲ ਰਹੇ ਨੇ, ਅਤੇ ਰੀਅਲੀ ਗਲੈਡ ਕਿ ਮੈਂ ਬਹੁਤ ਖੁਸ਼ ਹੁੰਦਾ ਕਿ ਸਾਡਾ ਜਿਹੜਾ ਮੁਲਕ ਹੈ, ਸਾਡੇ ਜਿਹੜੇ ਅਸੀਂ ਜਿੰਨਾ ਪ੍ਰਗਤੀ ਕਰ ਰਹੇ ਹਾਂ, ਬਹੁਤ ਵਧੀਆ ਹੈਗਾ ਸਮੇਂ ਦੇ ਨਾਲ। ਹਾਲੇ ਗਾਣੇ ਨੂੰ ਪ੍ਰਮੋਟ ਕਰੀਏ, 15 ਜੂਨ ਨੂੰ ਸਿਰਫ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਹੈ ਕਿ ਰੇਸ 3 ਦੀ ਮੈਂ ਹੁਣ ਫੈਮਿਲੀ 'ਚ ਇਨਵੋਲਵ ਹਾਂ, ਅਤੇ ਮੇਰੀ ਦਿਨ ਰਾਤ ਸੱਚੇ ਪਾਤਸ਼ਾਹ ਉੱਪਰ ਵਾਲਿਆਂ ਤੋਂ ਅਰਦਾਸ ਹੈ ਕਿ ਇਸ ਮੂਵੀ ਨੂੰ ਇਸ ਸਾਲ ਦੀ ਕੀ ਬਹੁਤ ਸਾਲਾਂ ਦੀ ਬਲੋਕਬਸਟਰ ਮੂਵੀ ਬਣਾਓ, ਕਿਉਂਕਿ ਸਲਮਾਨ ਖਾਨ ਸਾਹਿਬ ਤਾਂ ਰੂਲ ਕਰ ਰਹੇ ਨੇ ਪਿਛਲੇ 6 ਸਾਲ ਤੋਂ ਨੰਬਰ 1 'ਤੇ, ਅਤੇ ਉਹਨਾਂ ਨਾਲ ਦੁਆਵਾਂ ਕਾਫੀ ਜੁੜੀਆਂ ਹੋਈਆਂ, ਅਤੇ ਮੈਨੂੰ ਲੱਗਦਾ ਹੈ ਕਿ ਇਹ ਮੂਵੀ ਬਹੁਤ ਸਾਰੇ ਰਿਕਾਰਡ ਤੋੜੇਗੀ। ਐਗਜੈਕਟਲੀ, ਬਹੁਤ ਸਾਰੇ ਰਿਕਾਰਡ ਤੋੜੇਗੀ, ਬਈ ਦੀਪਮਨੀ ਵੀ ਇਸ ਮੂਵੀ ਦੇ ਨਾਲ ਜੁੜ ਗਏ ਹੈ, ਅਤੇ ਦੀਪਮਨੀ ਦੇ ਸੌਂਗਸ ਇੱਕ ਤੋਂ ਵੱਧ ਕੇ ਇੱਕ ਸੁਪਰ ਡੁਪਰ ਹਿੱਟ ਹੁੰਦੇ ਹੀ ਹੈ। ਦੀਪਮਨੀ, ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜਿਵੇਂ ਕਿ ਤੁਹਾਡੇ ਜਿੰਨੇ ਵੀ ਸੌਂਗਸ ਆਉਂਦੇ ਆ ਨਾ, ਮਤਲਬ ਫੋਕ ਸੌਂਗ ਨਹੀਂ ਸੁਣੇ ਮੈਂ, ਸਾਰੇ ਸੌਂਗ ਸੁਣੇ ਆ, ਫਾਸਟ ਸੌਂਗ ਹੁੰਦੇ ਆ, ਯੂ ਨੋ, ਫੋਕ ਹੀ ਹੈ ਜੀ, ਅਗਲਾ ਫੋਕ ਹੀ ਹੈ, ਦੇਖਿਆ ਮੈਨੂੰ ਇੰਟੀਜਨ ਹੋ ਗਿਆ ਸੀ, ਤਾਂ ਮੈਂ ਪੁੱਛ ਲਿਆ। ਅਗਲਾ ਗਾਣਾ ਡੀਜੇ ਫਲੋ ਦੇ ਨਾਲ ਆ ਰਿਹਾ ਜੀ, ਚੱਲ, ਹਾਂਜੀ ਹਾਂ, ਦੈਟਸ ਕੂਲ, ਦੈਟਸ ਰੀਲੀ, ਥੋੜਾ ਜਿਹਾ ਹੁਣ ਹੁਣ ਜਿਹੜੇ ਗਾਣੇ ਕਰਾਂਗੇ, ਹੁਣ ਇੱਕ ਹਰਿਆਣਵੀ ਗਾਣਾ ਵੀ ਬਣਾਇਆ ਹੋਇਆ ਹੈ, ਉਹ ਸਪਨਾ ਚੌਧਰੀ ਜੀ ਸ਼ਾਇਦ ਅਸੀਂ ਲਾਂਗੇ, ਗੱਲਬਾਤ ਚੱਲ ਰਹੀ ਹੈ ਮੈਨੇਜਮੈਂਟ ਦੀ ਹੁਣ, ਕਿਉਂਕਿ ਪੈਨ ਇੰਡੀਆ ਕਵਰ ਹੋ ਚੁੱਕਾ ਹੈ, ਰੀਜਨਲ ਦੀ ਗੱਲ ਕਰੀਏ ਨਾ, ਹੁਣ ਆਪਾਂ ਪੰਜਾਬੀ 'ਚ ਹਾਂ, ਅਤੇ ਉਹ ਗਾਣਾ ਸਾਡੇ 4-5 ਚੈਨਲਾਂ 6 ਚੈਨਲਾਂ ਚੱਲ ਜਾਂਦਾ, ਠੀਕ ਹੈ, ਅਸੀਂ ਲੋਕ ਤਾਂ ਖੁਸ਼ ਹੁੰਦੇ ਸੀ, ਹੁਣ ਇਹ ਗਾਣਾ ਮੈਂ ਜਿਹੜਾ ਵੀ ਚੈਨਲ ਪਲਟ ਰਿਹਾ ਉਹ ਹਰ ਚੈਨਲ 'ਚ ਹੈ, 9XM ਹੋਏ, MTV ਬੀਟਸ ਹੋਏ, ਜ਼ੂਮ ਹੋਏ, ਤੁਹਾਡੇ ਚੈਨਲ ਹੋਣ, ਜਿਹੜੇ ਮਰਜ਼ੀ ਹੋਣ, ਮਤਲਬ ਰੈਪਿਡਲੀ ਆਈ ਐਮ ਵਾਚਿੰਗ ਦਿਸ ਟਰੈਕ ਰੂਲਿੰਗ ਦ ਚਾਰਟਸ
ਆਲ ਓਵਰ ਐਗਜ਼ੈਕਟਲੀ ਦਿਸ ਇਜ਼ ਦੈਟ ਵੇ ਕਿ ਇੱਕ ਰੀਜਨਲ ਪੋਰਸ਼ਨ ਅਗਰ ਸਾਡਾ ਇੰਨਾ ਹੈ ਤੇ ਪੈਨ ਇੰਡੀਆ ਇੰਨਾ ਹੈ ਸੋ ਹੁਣ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਡਾ ਗਾਣਾ ਇਹ ਚੱਲਦਾ ਪਿਆ ਐਗਜ਼ੈਕਟਲੀ ਚੱਲ ਰਿਹਾ ਔਰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਹੁਣ ਇਹਨਾਂ ਨੇ ਦੱਸਤਾ ਦੀਪ ਮਾਨੀ ਨੇ ਕਿ ਅਗਲਾ ਸੌਂਗ ਜਿਹੜਾ ਇਹਨਾਂ ਦਾ ਫੋਕ ਸੌਂਗ ਵੀ ਆ ਰਿਹਾ ਅੱਛਾ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਦੀਪ ਮਾਨੀ ਜਿਵੇਂ ਕਿ ਤੁਸੀਂ ਦੇਖਿਆ ਅੱਜ ਕੱਲ੍ਹ ਦੇ ਜਿੰਨੇ ਵੀ ਸਟਾਰਸ ਹੈਗੇ ਆ ਸੋਸ਼ਲੀ ਕਾਫੀ ਐਕਟਿਵ ਰਹਿੰਦੇ ਇੰਸਟਾਗ੍ਰਾਮ 'ਤੇ ਆਪਣੇ ਫੈਨਸ ਨਾਲ ਕਾਫੀ ਕਨੈਕਟਡ ਰਹਿੰਦੇ ਹੈ ਨਾ ਅਤੇ ਬਸ ਇੱਕ ਤੋਂ ਬਾਅਦ ਇੱਕ ਆਪਣੀ ਐਕਟੀਵਿਟੀਜ਼ ਪਾਉਂਦੇ ਰਹਿੰਦੇ ਹੈ ਨਾ ਹੁਣ ਅਸੀਂ ਇਹ ਕਰ ਰਹੇ ਹੁਣ ਉਹ ਕਰ ਰਹੇ ਦੀਪ ਮਾਨੀ ਨੂੰ ਬਹੁਤ ਘੱਟ ਦੇਖਿਆ ਸੋਸ਼ਲੀ ਐਕਟਿਵ ਥੋੜ੍ਹਾ ਜਿਹਾ ਪਰਸਨਲ ਰਹਿਣਾ ਕਿਉਂਕਿ ਆਪਣੀ ਚੀਜ਼ਾਂ ਨਾ ਜ਼ਿਆਦਾ ਸ਼ੇਅਰ ਕਰਨ ਨਾਲ ਖਰਾਬ ਹੁੰਦੀਆਂ ਮੈਨੂੰ ਲੱਗਦਾ ਪਰ ਹੁਣ ਜ਼ਿਆਦਾ ਦੇਖੋਗੇ ਮੈਨੂੰ ਕਿਉਂਕਿ ਹੁਣ ਮੇਰੀ ਗੱਲਾਂ ਬਾਤਾਂ ਮੈਨੂੰ ਲਾਈਵ ਵੀ ਜ਼ਿਆਦਾ ਦੇਖਿਆ ਕਰੋਗੇ ਇੰਸਟਾਗ੍ਰਾਮ 'ਤੇ ਜਾਂ ਜਿਹੜੀ ਜਿਹੜੀ ਜਗ੍ਹਾ ਹੁਣ ਚੀਜ਼ਾਂ ਵੱਧਦੀਆਂ ਜਾਣਗੀਆਂ ਕਿਉਂਕਿ ਮਿਹਨਤ ਬੜੀ ਕੀਤੀ ਹੈ ਜੀ ਕਈ ਲੋਕਾਂ ਨੇ ਨਾ ਸਵਾਲ ਜਵਾਬ ਬੜੇ ਕੀਤੇ ਸੀ ਕਿਉਂਕਿ ਮੈਂ ਹੀ ਇੱਕ ਐਸਾ ਆਰਟਿਸਟ ਹਾਂ ਜਿਹਨੇ ਹਰ ਇੱਕ ਬੰਦੇ ਨਾਲ ਮਤਲਬ ਰੈਪਰ ਹੋਣ ਜਾਂ ਜੋ ਵੀ ਹੋਣ ਹਰ ਇੱਕ ਨਾਲ ਕੰਮ ਕੀਤਾ ਹੋਇਆ ਹਨੀ ਭਾਜੀ ਰਫਤਾਰ ਬਰੋ ਬਾਦਸ਼ਾਹ ਭਾਜੀ ਹਾਰਡ ਕੋਰ ਹੋਣੀ ਠੀਕ ਹੈ ਅਤੇ ਫਲਕ ਸ਼ਬੀਰ ਸਾਹਿਬ ਅਤੇ ਅਰਜੁਨ ਠੀਕ ਹੈ ਕਨਿਕਾ ਕਪੂਰ ਜੀ ਐਂਡ ਬੋਹੇਮਿਆ ਭਾਜੀ ਦ ਲੈਜੈਂਡ ਸਾਰਿਆਂ ਨਾਲ ਹੀ ਮੈਂ ਕਰ ਲਿਆ ਫਿਰ ਮੈਨੂੰ ਕਈ ਸਵਾਲ ਜਵਾਬ ਆਉਂਦੇ ਸੀ ਯਾਰ ਕਿ ਬਾਲੀਵੁੱਡ ਇੰਨਾ ਲੇਟ ਕਿਉਂ ਤੇ ਮੈਂ ਕਹਿੰਦਾ ਸੀ ਦੇਰ ਆਏਗਾ ਪਰ ਦਰੁਸਤ ਆਏਗਾ ਉਹ ਸਾਰਿਆਂ ਦੇ ਸਾਹਮਣੇ ਆ ਗਿਆ ਬਿਲਕੁਲ ਦੇਰ ਆਏ ਦਰੁਸਤ ਆਏ ਔਰ ਦੀਪ ਮਨੀ ਵੀ ਬਾਲੀਵੁੱਡ 'ਚ ਆਏ ਔਰ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਆਏ ਅਤੇ ਅੱਗੇ ਵਧਿਆ ਅਤੇ ਹੁਣ ਮੈਂ ਅੱਗੇ ਬਾਅਦ 'ਚ ਵਧਾਂਗੀ ਪਹਿਲਾਂ ਪਲੀਜ਼ 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 ਮੇਰਾ ਅਤੇ ਸਭ ਫੈਨਸ ਦਾ ਫੇਵਰੇਟ ਡੋਪ ਸ਼ੋਪ ਹੋ ਡੋਪ ਸ਼ੋਪ ਜਮਾ ਕੇ ਵੇਖੇ ਨੀ ਤੂੰ ਨਸ਼ੇ ਸਾਰੇ ਹੋਣਾ ਕੀ ਹੈ ਤੇਰਾ ਅੱਗੇ ਮੁਟਿਆਰੇ ਨਿਰੀ ਸੁੱਕੀ ਵੋਡਕਾ ਨਾ ਮਾਰਿਆ ਕਰੋ ਥੋੜ੍ਹਾ ਬਹੁਤਾ ਲਿਮਕਾ ਵੀ ਪਾਇਆ ਕਰੋ ਨਾਲੇ ਥੋੜ੍ਹੇ ਟਿੱਕੇ ਛਿੱਕੇ ਤੁਸੀਂ ਖਾ ਲਿਆ ਕਰੋ ਐਵੇਂ ਖਾਲੀ ਤੇ ਡਿਲੀਵਰ ਨਾ ਸਾੜਿਆ ਕਰੋ ਵੀ ਨਾ ਡੁੱਪ ਛੁੱਪ ਮਾਰਿਆ ਕਰੋ ਟਿੰਗ ਟਿਣਿੰਗ ਟਿਣਿੰਗ ਜੋ ਵੀ ਕਹੋ ਯਾਰ ਬਹੁਤ ਕਮਾਲ ਦਾ ਸੌਂਗ ਸੀ ਅਤੇ ਯੂ ਨੋ ਤੁਸੀਂ ਬੋਲਿਆ ਕਿ ਇੱਥੋਂ ਮੈਂ ਹੁਣ ਥੋੜ੍ਹਾ ਚੇਂਜ ਕਰ ਰਹੀ ਹਾਂ ਟਰੈਕ ਬੋਟਲ ਬੋਤਲਾਂ 'ਤੇ ਵੀ ਤੁਸੀਂ ਬੜੇ ਗਾਣੇ ਬਣਾਏ ਆ ਅਤੇ ਇਸ ਤਰ੍ਹਾਂ ਦੇ ਕਈ ਗਾਣੇ ਆਏ ਆ ਤੁਹਾਡੇ ਅਸੀਂ ਨਾ ਨੋਰਮਲ ਜਿਹੜੀ ਨੈਚੁਰਲ ਜਿਹੜੀ ਹੁਣ ਸਾਡੇ ਵਿੱਚ ਬੀਤੀ ਹੈ ਨਾ ਜਿੱਦਾਂ ਆਫਿਸ 'ਚ ਚਾਰ ਮਿੱਤਰ ਇਕੱਠੇ ਬੈਠੇ ਹੈ ਨਾ ਹਾਲੇ ਕੰਮ ਕਰ ਰਹੇ ਹਾਂ ਜਦੋਂ ਇਹਨਾਂ ਦੀ ਛੁੱਟੀ ਹੋਣੀ ਹੈ ਨਾ ਵੀਕਐਂਡ ਵਾਈਬ ਇੱਦਾਂ ਦੀ ਹੁੰਦੀ ਹੈ ਇਹਨਾਂ ਨੇ ਕਹਿਣਾ ਯਾਰ ਕੋਈ ਕਹੇਗਾ ਯਾਰ ਮੈਂ ਇੱਕ ਪੈਗ ਮਾਰਦਾ ਕੋਈ ਕਹੇਗਾ ਮੈਂ ਦੋ ਲਾਉਣਾ ਫਿਰ ਉਹ ਫਿਰ ਨਾ ਕਰਦੇ ਕਰਦੇ ਬੋਤਲਾਂ ਮੁੱਕ ਜਾਂਦੀਆਂ ਅਤੇ ਉਹ ਉਸ ਤਰੀਕੇ ਦਾ ਗਾਣਾ ਸੀਗਾ ਨਾਨਾ ਕਰਦਾ ਯਾਰਾਂ ਨੂੰ ਮੈਂ ਬੋਤਲ ਵੀ ਗਿਆ ਸਾਰੀ ਨੀ ਮੈਂ ਪੀ ਗਿਆ ਅਤੇ ਉਸ ਟਾਈਮ ਦੀ ਉਹ ਗੱਲ ਸੀ ਗੱਲਾਂ ਬਾਤਾਂ 'ਚੋਂ ਗੱਲਾਂ ਬਾਤਾਂ ਨਿਕਲਦੀਆਂ ਗੱਲਾਂ ਬਾਤਾਂ 'ਚੋਂ ਗੱਲਾਂ ਬਾਤਾਂ ਨਿਕਲਦੀਆਂ ਬਟ ਯੂ ਨੋ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੇ ਸੌਂਗ ਜਿਵੇਂ ਕਿ ਹੁਣ ਨਹੀਂ ਵੀ ਆਉਣੇ ਚਾਹੀਦੇ ਜਿੱਥੇ ਕ੍ਰਿਟੀਸਾਈਜ਼ ਵੀ ਕਰਦੇ ਆ ਮੈਂ ਹੁਣੇ ਵੀ ਇੰਟਰਵਿਊ ਦਿੱਤਾ ਪਹਿਲੇ ਮੈਂ ਹੁਣ ਵੀ ਇਸ ਇੰਟਰਵਿਊ ਦੇ ਜ਼ਰੀਏ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਕੁਛ ਕਰਨ ਨੂੰ ਸਾਡੇ ਮੁਲਕ 'ਚ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ 60 ਦੇ ਜਾਂ 70 ਦੇ ਦਸ਼ਕ ਦੇ ਅੰਦਰ ਵੀ ਕਈ ਗਾਣੇ ਆਏ ਨਾ ਹੁਸਨ ਕੇ ਲਾਖੋ ਰੰਗ ਕੌਣ ਸਾ ਰੰਗ ਦੇਖੋਗੇ ਹੈ ਨਾ ਤੇ ਕਈ ਮਤਲਬ ਪਿਕਚਰਾਂ ਤਾਂ ਵੀ ਬੜੀਆਂ ਗੰਦੀਆਂ ਆਈਆਂ ਮਤਲਬ ਗੰਦੀਆਂ ਕੀ ਇਨ ਦਾ ਐਡਲਟ ਵਰਜ਼ ਐਡਲਟ ਏ ਗ੍ਰੇਡ ਵਾਲੀਆਂ ਆਈਆਂ ਹੋਈਆਂ ਉਹ ਹੁਣ ਲੱਗਦਾ ਅੱਜ ਕੋਈ ਮੈਨੂੰ ਮੈਂ ਤਾਂ ਚਲੋ ਮੁਹੰਮਦ ਰਫੀ ਸਾਹਿਬ ਨੂੰ ਬਹੁਤ ਮੁਰੀਦ ਆ ਸੁਣਦਾ ਅੱਜ ਤੁਸੀਂ ਕਿਸੇ ਯੰਗਸਟਰ ਨੂੰ ਬੋਲੋ ਰਫੀ ਸਾਹਿਬ ਦੇ ਗਾਣੇ ਸੁਣ ਨਹੀਂ ਸੁਣਿਆ ਹੁਣ ਟੀ ਸੀਰੀਜ਼ ਜਿੰਨੀ ਵੀ ਕੰਪਨੀ ਨੇ ਹੈ ਨਾ ਆਪਾਂ ਜੁੜੇ ਹੋਏ ਹਾਂ ਜਿਨ੍ਹਾਂ ਨਾਲ ਉਹ ਹੁਣ ਰੀਕ੍ਰੀਏਟ ਕਿਉਂ ਕਰ ਰਹੇ ਨੇ ਕਿਉਂ ਕਰ ਰਹੇ ਨੇ ਕਿ ਨਵੀਂ ਜਨਰੇਸ਼ਨ ਨੂੰ ਪੁਰਾਣੇ ਗਾਣੇ ਦੁਹਰਾਏ ਜਾਣ ਰੀਕ੍ਰੀਏਸ਼ਨ ਦਾ ਇਹ ਮਤਲਬ ਨਹੀਂ ਆ ਫਿਰ ਕਾਪੀ ਕਰ ਦਿਆ ਫਿਰ ਕਾਪੀ ਕਰ ਦਿਆ ਉਹਨਾਂ ਨੂੰ ਸਮਝਾਇਆ ਜਾਏ ਕਿ ਜਿਹੜੇ 20-20 ਸਾਲ ਪੁਰਾਣੇ ਗਾਣੇ ਨੇ ਉਹ ਵੀ ਸੋਹਣੇ ਨੇ ਅਤੇ ਇਹ ਕੁਛ ਨਹੀਂ ਹੈ ਗੋਲੀਆਂ ਵਾਲੇ ਗਾਣੇ ਗਾਉਣ ਨਾਲ ਕੋਈ ਆਰਟਿਸਟ ਸਟੇਜ 'ਤੇ ਗੋਲੀਆਂ ਬੰਦੂਕਾਂ ਨਹੀਂ ਚਲਾਉਂਦੇ ਹੁੰਦੇ ਬਿਲਕੁਲ ਬਿਲਕੁਲ ਸਹੀ ਗੱਲ ਕਹੀ ਦੀਪ ਮਾਨੀ ਨੇ ਆਈ ਰੀਅਲੀ ਐਗਰੀ ਵਿਦ ਯੂ ਦੀਪ ਮਾਨੀ ਹੇਅਰ ਮਨਾ ਨਹੀਂ ਕਰ ਸਕਦੇ ਨਾ ਮੈਂ ਤੁਹਾਨੂੰ ਨਹੀਂ ਮਨਾ ਕਰ ਸਕਦਾ ਤੁਸੀਂ ਜਿਹੜਾ ਸਵਾਲ ਪੁੱਛਣਾ ਮੈਂ ਤੁਹਾਨੂੰ ਬੋਲ ਨਹੀਂ ਰੋਕ ਨਹੀਂ ਸਕਦਾ ਸੋ ਨੋ ਵਨ ਹੈਜ਼ ਅ ਰਾਈਟ ਟੂ ਸਟਾਪ ਐਨੀਵਨ ਐਨੀਵਨ ਬਟ ਮੇਰੇ ਮਨ 'ਚ ਸਵਾਲ ਸੀ ਤਾਂ ਮੈਨੂੰ ਲੱਗਿਆ ਕਿ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੀਦਾ ਮੈਂ ਇਹਦਾ ਆਨਸਰ ਬੜੇ ਪਿਆਰ ਨਾਲ ਦਿੱਤਾ ਦੇਖੋ ਜੀ ਅਗਲਾ ਜਿਹੜਾ ਡੀ ਜੇ ਫਲੋ ਵਾਲਾ ਗਾਣਾ ਉਹਦੇ ਥੋੜ੍ਹੇ ਜਿਹੇ ਲਿਰਿਕਸ ਇੱਦਾਂ ਦਾ ਮੈਂ ਪਹਿਲੇ ਇੱਕ ਲਾਈਨ ਸੁਣਾ ਦਿੰਦਾ ਨਖਰਾ ਏ ਤੇਰਾ ਬਗਦਾਦੀਆਂ ਦੀ ਤੋਰਨੀ ਝਾਂਜਰ ਮਚਾਉਂਦੀ ਏ ਡਰੋਨ ਵਾਂਗੂ ਸ਼ੋਰਨੀ ਲਾਟ ਛੱਡਦੀ ਸਮਾਈਲ ਜਿਵੇਂ ਚਾਈਨਾ ਦੀ ਮਿਸਾਈਲ ਉਹ ਗੁੱਸਾ ਗੋਲੀ ਦੇ ਖੜਾਕ ਵਾਂਗੂ ਕੰਡ ਝਾੜਦਾ ਅੱਖ ਤੇਰੀ ਸ਼ੋਟ ਗਨ ਨੀ ਤੂੰ ਮਾਨਿਆ ਨਾ ਮਨ ਤੇਰਾ ਹੌਟ ਤਾਪਮਾਨ ਬਿੱਲੋ ਚੰਮ ਸਾੜਦਾ ਤੇ ਇਹ ਹੁਣ ਇਹ ਲਾਈਨਾਂ ਵੀ ਆਣ ਗਈਆਂ ਬਗਦਾਦੀਆਂ ਦੀ ਤੋਰ ਹੁਣ ਇਹ ਥੋੜ੍ਹੀ ਹੈ ਕਿ ਉਹ ਕੁੜੀ ਦੀ ਮੈਂ ਜਿਹੜੀ ਤਾਰੀਫ ਕਰ ਰਿਹਾ ਮੈਂ ਇਸ ਐਜ਼ ਏ ਐਗਜ਼ਾਮਪਲ ਬਿਕੋਜ਼ ਜਦੋਂ ਅਸੀਂ ਮੂਵੀ ਦੇਖਣ ਜਾਂਦੇ ਹਾਂ ਉੱਥੇ ਲਿਖਿਆ ਹੁੰਦਾ ਆਲ ਕਰੈਕਟਰਸ ਇਨ ਦਿਸ ਮੂਵੀ ਆਰ ਫਿਕਟੀਸ਼ੀਅਸ ਐਗਜ਼ੈਕਟਲੀ ਸੋ
ਵੀ ਆਰ ਇਨ ਐਂਟਰਟੇਨਮੈਂਟ ਬਿਜ਼ਨਸ, ਠੀਕ ਹੈ, ਗਾਣਾ ਗਾਉਣ ਤੱਕ ਹੀ ਹੈਗੇ, ਤੁਸੀਂ ਰੋਕ ਨਹੀਂ ਸਕਦੇ ਨਾ, ਕਿਉਂਕਿ ਤੁਸੀਂ ਅਗਰ ਇਹ ਜਿਹੜੇ ਗਾਣੇ ਚੱਲ ਰਹੇ ਨੇ, 16ਵਾਂ ਵੀ ਟੱਪਿਆ, 17ਵਾਂ ਵੀ ਟੱਪਿਆ, ਹੈ ਨਾ, ਮਨਕੀਰਤ ਮੇਰਾ ਭਰਾ ਹੈਗਾ, ਇਹ ਗੈਂਗਲੈਂਡ ਹੋ ਗਿਆ, ਹੈ ਨਾ, ਜਿੰਨੇ ਵੀ ਗਾਣੇ ਆ ਰਹੇ ਹੈ, ਜੇ ਡੀ ਜੇ ਫਲੋ ਦੇ ਵੀ ਆ ਰਹੇ ਹੈ, ਕਈਆਂ ਦੇ ਆ ਰਹੇ ਨੇ, ਜੇ ਤੁਸੀਂ ਗਾਣੇ ਬੰਦ ਕਰਤੇ ਤਾਂ ਚੱਲਣੇ ਨਹੀਂ, ਫਿਰ ਇੰਡਸਟਰੀ ਹੋਰ ਥੱਲੇ ਜਾਏਗੀ, ਹਾਲੇ ਤਾਂ ਇੰਡਸਟਰੀ ਦਾ ਦਾਇਰਾ ਵੱਧ ਰਿਹਾ ਨਾ, ਅਤੇ ਵੱਧ ਵੀ ਆਰ ਆਪਾਂ ਅੱਗੇ ਲੈ ਕੇ ਜਾ ਰਹੇ ਹਾਂ ਨਾ, ਗੋਰੇ ਵੀ ਨੱਚ ਰਹੇ ਉਹਨਾਂ ਗਾਣਿਆਂ 'ਤੇ, ਹਰ ਚੀਜ਼ ਹੈ, ਪੈਗ ਪੈਗ ਕਰਦੇ ਨੇ ਬੋਤਲ ਮੈਂ ਝਾੜੀ, ਹੈ ਨਾ, ਤੂੰ ਕੀ ਸਾਨੂੰ ਛੱਡਣਾ ਨਹੀਂ, ਅਸੀਂ ਛੱਡੀ ਜਾ ਰਹੀ, ਦਿਲਜੀਤ ਭਾਈ ਦਾ ਵਨ ਆਫ ਦਾ ਬੈਸਟ ਟਰੈਕ, ਅਤੇ ਇਹ ਗਾਣੇ ਬੰਦ ਕਰਨ ਨਾਲ ਕੁਛ ਨਹੀਂ ਹੋਣਾ, ਨਾ ਹੀ ਇਹ ਗਾਣੇ ਬੰਦ ਹੋਣੇ ਹੈ, ਕਿਉਂਕਿ ਯੂਟਿਊਬ ਇਜ਼ ਦਾ ਬਿਗੈਸਟ ਪਲੈਟਫਾਰਮ ਫੋਰ ਈਚ ਐਂਡ ਐਵਰੀ ਸਿੰਗਰ, ਜੇ ਤੁਸੀਂ ਨਹੀਂ ਕਰਨਾ ਤਾਂ ਉਹਨੇ ਯੂਟਿਊਬ 'ਤੇ ਚੜ੍ਹਾ ਦੇਣਾ ਹੈ, ਉੱਥੋਂ ਹਿੱਟ ਹੋ ਜਾਣਾ, ਬਿਲਕੁਲ, ਅੱਜ ਕੱਲ੍ਹ ਜੋ ਸੋਸ਼ਲ ਸਾਈਟਸ ਆ ਬਹੁਤ ਜ਼ਿਆਦਾ ਬਹੁਤ ਬੜਾ ਪਲੈਟਫਾਰਮ ਹੈ, ਔਰ ਹੋ ਵੀ ਗਿਆ ਹੈ ਕਾਫੀ, ਦੇਖਿਆ ਵੀ ਹੈ ਜੀ, 2 ਸਾਲ ਪਹਿਲੇ ਇੱਕ ਗਾਣਾ ਸੀਗਾ ਜਿਹੜਾ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ, ਵੀ ਆਈ ਪੀ ਰੈਕਡ ਲੈਵਲ ਤੋਂ ਆਇਆ ਸੀ, ਕਿ ਦਾਰੂ ਬਦ ਨਾਮ ਕਰਦੀ ਨਾਮ ਕਰਦੀ ਦੇਣਾ ਦੇ ਕਾਰੇ, ਉਹ 2 ਸਾਲ ਪਹਿਲੇ ਗਾਣਾ ਕੋਈ ਪੁੱਛਦਾ ਨਹੀਂ ਸੀ, ਅੱਜ 200 ਮਿਲੀਅਨ ਵਿਊਜ਼ ਨੇ ਉਹਦੇ, ਬੋਂਬੇ ਚਲੇ ਜਾਓ ਤੁਸੀਂ, ਜਿੱਥੇ ਮਰਜ਼ੀ ਚਲੇ ਜਾਓ, ਗੋਆ ਚਲੇ, ਉਹ ਗਾਣਾ ਚੱਲ ਰਿਹਾ, ਸਾਡੀ ਪੰਜਾਬੀ ਜਿਹੜੀ ਜ਼ਬਾਨ ਹੈ ਉਹ ਵਰਲਡ ਵਾਈਡ ਘੁੰਮ ਰਹੀ ਹੈ ਨਾ, ਘੁੰਮ ਲੈਣ ਦਿਓ, ਕੁਛ ਨਹੀਂ ਹੈ, ਬਿਲਕੁਲ ਘੁੰਮ ਲੈਣ ਦਿਓ, ਕੁਛ ਨਹੀਂ ਹੈ, ਅਤੇ ਮੈਂ ਦੇਖ ਰਹੀ ਹਾਂ ਤੁਹਾਡੇ ਇੱਧਰ, ਮੈਂ ਆਪਣੇ ਕੈਮਰਾ ਪਰਸਨ ਨੂੰ ਕਹੂੰਗੀ, ਤੁਸੀਂ ਆਪਣਾ ਹੱਥ ਕਿਉਂ ਪਿੱਛੇ ਕਰੀ ਜਾ ਰਹੇ ਹੋ, ਹੱਥ ਦਿਖਾਓ, ਮਨ ਨੀਵਾਂ ਮਤ ਉੱਚੀ, ਟੈਟੂ ਤੁਸੀਂ ਬਣਾਇਆ ਹੋਇਆ, ਇਹ ਅੱਜ ਦਾ ਨਹੀਂ ਹੈ ਜੀ, ਜਿਸ ਦਿਨ ਤਾਂ ਇੰਡਸਟਰੀ 'ਚ ਆਇਆ ਤਾਂ ਹੀ ਬਣਵਾ ਲਿਆ ਸੀਗਾ, ਕਿਉਂਕਿ ਹੁਣ ਹਦਾਇਤ ਮਿਲੀ ਹੈ ਮੀਤ ਭਾਅ ਜੀ ਹੋਣਾਂ ਨਾਲ, ਕਿ ਜੋ ਪਰਮਾਤਮਾ ਨੇ ਤੈਨੂੰ ਪਲੈਟਫਾਰਮ ਦਿੱਤਾ ਹੈਗਾ, ਸਲਮਾਨ ਬਾਈ ਦੇ ਨਾਲ ਤੇਰਾ ਗਾਣਾ ਆਉਣਾ ਇਜ਼ ਲਾਈਕ ਬਹੁਤ ਵੱਡੀ ਚੀਜ਼ ਹੈ, ਇੱਕ ਪੰਜਾਬੀ, ਔਰ ਪਹਿਲਾ ਟਰਬਨੇਟਰ ਹਾਂ ਜੀ ਮੈਂ, ਪਹਿਲਾ ਪੱਗ ਵਾਲਾ ਮੁੰਡਾ ਜਿਹਨੇ ਸਲਮਾਨ ਬਾਈ ਲਈ ਗਾਣਾ ਗਾਇਆ, ਐਗਜ਼ੈਕਟਲੀ, ਬਹੁਤ ਵੱਡੀ ਗੱਲ ਹੈ ਸੀਰੀਅਸਲੀ, ਤੇ ਮਾਣ ਮੱਤਾ ਹੈਗੀ ਆ ਸਾਡੇ ਲਈ, ਤੇ ਇਸ ਕਰਕੇ ਕਿ ਮੈਂ ਉਹਨਾਂ ਨੇ ਬੋਲਿਆ ਕਿ ਜਿੰਨਾ ਤੂੰ ਹੁਣ ਨੀਵਾਂ ਸੀ ਨਾ, ਉਸ ਤੋਂ 1000 ਗੁਣਾ ਹੋਰ ਜ਼ਮੀਨ 'ਤੇ ਚਲਾ ਜਾਣਾ, ਆਪਾਂ ਸਿਰਫ ਸੱਚੇ ਪਾਤਸ਼ਾਹ ਦਾ ਸ਼ੁਕਰੀਆ ਅਦਾ ਕਰਨਾ ਹੈਗਾ, ਮਿਹਰ ਰੱਖਣ ਸੱਚੇ ਪਾਤਸ਼ਾਹ ਸਾਡੇ ਸਿਰ 'ਤੇ, ਅਸੀਂ ਚੰਗਾ ਕੰਮ ਕਰੀਏ, ਜਿੰਨੇ ਵੀ ਇੰਡਸਟਰੀ ਦੇ ਬੰਦੇ ਨੇ ਨਾ, ਮੇਰੀ ਇੱਕੋ ਹਮੇਸ਼ਾ ਗੱਲ ਰਹਿੰਦੀ ਹੈ, ਬਾਹਰ ਦੇ ਜਿਹੜੇ ਆਰਟਿਸਟ ਨੇ ਤੁਸੀਂ ਦੇਖੇ ਹੋਣੇ, ਰਿਹਾਨਾ ਹੋ ਗਏ, ਪਿਟਬੁਲ ਹੋ ਗਏ, ਐਨਰੀਕੇ ਗਲੇਸੀਅਸ ਹੋ ਗਏ, ਜਿੰਨੇ ਵੀ ਨੇ, ਉਹ ਇੱਕ ਫੋਨ 'ਤੇ ਵੀਡੀਓ ਸ਼ੂਟ ਕਰੋ, ਉਹ ਮਿੰਟ 'ਚ ਆ ਜਾਂਦੇ ਨੇ, ਇਹ ਸਾਡੇ ਇੱਥੇ ਥੋੜ੍ਹੀ ਜਿਹੀ ਪ੍ਰੋਬਲਮ ਹੈ, ਮੈਂ ਹਰ ਵਾਰੀ ਕਹਿੰਦਾ, ਮੈਂ ਅਰਦਾਸ ਕਰਦਾ ਕਿ ਅਸੀਂ ਸਾਰੇ ਇੱਕਜੁੱਟ ਹੋ ਕੇ, ਜਿਹਨੂੰ ਜਿਹਦੀ ਲੋੜ ਹੈਗੀ ਹੈ ਉਹਨੂੰ ਇੱਕ ਫੋਨ ਮਾਰਿਆ ਜਾਵੇ, ਉਹ ਅੱਧੀ ਰਾਤੀ ਖੜ ਕੇ ਪਹੁੰਚੇ, ਕੋਈ ਵੱਡਾ ਨਹੀਂ ਹੈ, ਕੋਈ ਛੋਟਾ ਨਹੀਂ ਹੈ, ਸਾਰੇ ਭਰਾ ਹੈਗੇ, ਸਾਰੇ ਭਰਾ ਹੈਗੇ, ਅਤੇ ਬਹੁਤ ਚੰਗੀ ਗੱਲ ਤੁਸੀਂ ਕਹੀ, ਅਤੇ ਤੁਹਾਡੀ ਸੋਚ ਵੀ ਬਹੁਤ ਚੰਗੀ, ਅਤੇ ਇੱਥੇ ਤੁਹਾਡੇ ਇੱਕ ਫੈਨ ਬੈਠੇ ਆ ਦਿਆਲ, ਇਹ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦੇ ਆ, ਜ਼ਰਾ ਦਿਆਲ ਕੀ ਪੁੱਛਣਾ ਚਾਹੋਗੇ? ਮੈਂ ਬਸ ਇੱਕ ਹੀ ਆਈ ਹੈ ਕਿ ਤੁਹਾਡਾ ਇੱਕ ਮਜਨੂੰ ਤੋਂ ਮੰਗਤਾ ਬਣਾਇਆ ਪਿਆਰ ਨੇ, ਸਭ ਤੋਂ ਅਲੱਗ ਗਾਣਾ ਸੀ ਉਹ, ਗਾਣੇ ਦੇ ਮਤਲਬ ਕੋਈ ਰੀਸ ਨਹੀਂ ਹੈਗੀ, ਜੇ ਤੁਸੀਂ ਵੇਖਿਆ ਜਾਓ ਤਾਂ, ਅਜੇ ਤਾਂ ਬੜੇ ਗਾਣੇ ਆਏ ਆ ਪਿਆਰ ਦੇ ਉੱਤੇ, ਲੇਕਿਨ ਜਿਹੜਾ ਗਾਣਾ ਸੀ ਇੱਕ ਤਰੀਕੇ ਦਾ ਮਤਲਬ ਫਨੀ ਲੈਵਲ 'ਤੇ ਵੀ ਸੀ, ਉੱਤੋਂ ਦੀ ਮਤਲਬ ਸਾਰਾ ਜੋ ਪਿਆਰ ਵਗੈਰਾ ਦਾ ਜੋ ਉੱਥੇ ਹੁੰਦਾ ਕਿ ਬਈ ਅਗਰ ਤੁਸੀਂ ਸਹੇਲੀ ਬਣਾਉਂਦੇ ਹੋ ਤਾਂ ਤੁਹਾਨੂੰ ਕਿੱਦਾਂ ਦੀ ਪ੍ਰੋਬਲਮ ਫੇਸ ਕਰਨੀ, ਫਿਰ ਇੱਕ ਨੰਬਰ ਡਿਲੀਟ ਵੀ ਆਇਆ ਸੀ ਭਾਅ ਜੀ, ਹੈ ਨਾ, ਉਸ ਤੋਂ ਬਾਅਦ ਆਇਆ ਸੀ, ਕੋਈ ਨਹੀਂ, ਗੱਲਾਂ ਤਾਂ ਸੱਚੀਆਂ ਹੀ ਬੋਲੀ ਹੋਈਆਂ ਨੇ, ਹੈ ਨਾ, ਗੱਲਾਂ ਸੱਚੀਆਂ, ਹੁਣ ਸ਼ੌਂਕ ਤੇਰੇ ਨਿੱਤ ਨਵੇਂ ਪੂਰੇ ਘਰ ਘਰ, ਸਾਡੀ ਜੇਬ ਵਿੱਚ ਬੱਚੇ ਆ ਨਾ ਕੱਖ ਨਹੀਂ, ਉਹ ਖਰਚੇ ਬੜੇ ਨੇ ਤੇਰੇ ਚਾਰਚੇ ਬੜੇ ਨੇ, ਖਾਣ ਪੀਣ ਜੋਗਾ ਨਾ ਤੂੰ ਰੱਖਣੀ, ਉਹ ਹਰ ਮੋੜ ਉੱਤੇ ਅਸਤਾਇਆ ਪਿਆਰ ਨੇ, ਹਰ ਮੋੜ ਉੱਤੇ ਆਜ਼ਮਾਇਆ ਯਾਰ ਨੇ, ਸਾਨੂੰ ਮਜਨੂੰ ਤੋਂ ਮੰਗਤਾ, ਉਹ ਇਹਨੂੰ ਮਜਨੂੰ ਤੋਂ ਮੰਗਦਾ ਬਣਾਇਆ ਯਾਰ ਨੇ, ਡਿਪਾਰਟਮੈਂਟ ਤੋਂ ਬਹੁਤ ਲਾਈਵਲੀ ਬੰਦਾ ਹੈਗਾ, ਹਾਜ਼ਰ ਰਹਿੰਦਾ ਹਮੇਸ਼ਾ, ਤੁਸੀਂ ਗੁਰੂ ਦੇ ਸਿੰਘ ਹੈ, ਇਹੋ ਮੈਨੂੰ ਤੁਹਾਡੇ ਤੋਂ ਡਰ ਲੱਗਦਾ ਹੈਗਾ ਜੀ, ਅਸੀਂ ਤੇ ਬਿਲਕੁਲ ਹੀ ਗਲਤ ਹੈਗੇ ਆ, ਪਰ ਪਰਮਾਤਮਾ ਨਹੀਂ ਹੈ, ਤੇ ਤੁਸੀਂ ਕੀ ਪੁੱਛਣਾ ਚਾਹੋਗੇ ਦੀਪਮਨੀ? ਫਿਲਹਾਲ ਤਾਂ ਕੁਛ ਨਹੀਂ, ਬਸ ਚਲੋ ਮੈਨੂੰ ਤੁਸੀਂ ਦੁਆ ਦਿਓ ਅਤੇ ਪਾਠ ਕਰਦੇ ਹੋਏ ਸਾਡੀ ਅਰਦਾਸ ਲਾਇਓ ਸੱਚੇ ਪਾਤਸ਼ਾਹ ਤੋਂ, ਥੈਂਕ ਯੂ ਜੀ। ਚਲੋ ਜੀ, ਦਿਲਜੋਤ ਨੇ ਵੀ ਤੁਹਾਡੇ ਤੋਂ ਪੁੱਛ ਲਿਆ, ਹੁਣ ਅੱਗੇ ਵੱਧਦੇ ਹਾਂ ਦੀਪਾਨੀ, ਅਤੇ ਆਪਾਂ ਗੱਲ ਕਰ ਲਈ ਹੀਰੇ ਦੀ ਦੁੱਪ ਛੋਪ ਦੀ ਗੱਲ ਕਰ ਲਈ, ਔਰ ਤੁਸੀਂ ਬਹੁਤ ਚੰਗੀਆਂ ਚੰਗੀਆਂ ਗੱਲਾਂ ਆਪਣੇ ਬਾਰੇ ਦੱਸੀਆਂ, ਹੁਣ ਅਸੀਂ ਬਾਲੀਵੁੱਡ ਦੀ ਤਰਫ ਆਉਂਦੇ ਹਾਂ ਅੱਗੇ, ਬਾਲੀਵੁੱਡ 'ਚ ਤੁਸੀਂ ਐਂਡ ਸਿੰਗਿੰਗ 'ਚ ਤੁਸੀਂ ਐਂਟਰੀ ਮਾਰ ਲਈ ਹੈ, ਅਤੇ ਕੀ ਅਸੀਂ ਐਕਟਿੰਗ ਕਰਦੇ ਵੀ ਦੇਖਾਂਗੇ ਤੁਹਾਨੂੰ? ਨਹੀਂ ਹਾਲੇ ਨਹੀਂ ਜੀ, ਟੂ ਬੀ ਵੈਰੀ ਓਨੈਸਟ, ਆਈ ਹੈਵ ਟੂ ਬੀ ਫਿਟ, ਲਾਈਕ ਪਿਛਲੇ ਸਾਲ ਸਵਾ ਸਾਲ ਪਹਿਲੇ ਨਾ ਮੈਂ ਥੋੜ੍ਹਾ ਜਿਹਾ ਬਿਮਾਰ ਹੋ ਗਿਆ ਸੀ, 6-8 ਮਹੀਨੇ ਮੈਂ ਬੈਡ 'ਤੇ ਸੀਗਾ, ਮੇਰੀ ਇੰਜਰੀ ਹੋ ਗਈ ਸੀ,
ਤੇ ਉਸ ਤੋਂ ਬਾਅਦ ਮੈਂ ਪੁੱਟ ਡਾਊਨ ਕਰ ਲਿਆ, ਹੁਣ ਮੈਂ ਪੁੱਟ ਡਾਊਨ ਕਰ ਰਿਹਾ ਹੈਗਾ, ਹੁਣ ਡਾਂਸਿੰਗ ਕਲਾਸਿਸ ਚਾਲੂ ਨੇ, ਸਟੇਜ ਸ਼ੋਅਜ਼ 'ਤੇ ਬਹੁਤ ਜ਼ਿਆਦਾ ਧਿਆਨ ਲਗਾਇਆ ਜਾਏਗਾ, ਵੱਡੇ ਈਵੈਂਟਸ ਵੱਡੇ ਟੂਰਸ ਪਲੈਨ ਹੋਣਗੇ, ਅਮੀਤ ਭਾਅ ਜੀ ਹੋਣਾਂ ਨਾਲ ਹੁਣ ਸ਼ੋਅਜ਼ 'ਤੇ ਵੀ ਜਾਣਾ ਹੈਗਾ, ਆਪਣੇ ਸੋਲੋ ਸ਼ੋਅਜ਼ ਵੀ ਕਰਨੇ ਹੈਗੇ ਆ, ਬਾਲੀਵੁੱਡ ਵੱਲ ਵੀ ਬਹੁਤ ਧਿਆਨ ਹੈ, ਸਿੰਗਲਸ ਜਿਹੜਾ ਮੈਂ ਬੋਲਿਆ ਕੰਪਲੀਟ ਹਿੰਦੀ ਵੀ ਆਏਗਾ, ਸਾਲ 'ਚ 5-6 ਗਾਣੇ ਆਉਣੇ ਆ, ਹੁਣ ਜ਼ਿਆਦਾ ਨਹੀਂ ਆਉਣੇ, ਜ਼ਿਆਦਾ ਆਉਣੇ ਨਹੀਂ ਹੈ, ਪਰ ਜਿਹੜੇ ਆਉਣੇ ਆ ਉਹ ਕਰੀਮ ਆਉਣੇ ਆ, ਜਿਹੜੇ ਆਉਣੇ ਕਰੀਮ ਆਉਣੇ ਆ, ਅਤੇ ਕਾਫੀ ਵਧੀਆ ਵਧੀਆ ਕੈਂਡ ਸੌਂਗ ਲੈ ਕੇ ਆਉਣਗੇ ਅਦੀਪ ਮਨੀ। ਅਤੇ ਤੁਸੀਂ ਦੱਸਿਆ ਕਿ ਤੁਸੀਂ ਹਾਲੇ ਜੇ ਬਾਲੀਵੁੱਡ 'ਚ ਐਕਟਿੰਗ ਨਹੀਂ ਕਰੋਗੇ, ਹੁਣ ਤੁਸੀਂ ਸਟੇਜ ਸ਼ੋਅਜ਼ ਦੀ ਗੱਲ ਕੀਤੀ, ਹੈ ਨਾ, ਸਟੇਜ ਸ਼ੋਅਜ਼ ਯੂ ਨੋ ਇੱਕ ਪਰਫੋਰਮਰ ਦੇ ਲਈ ਸਟੇਜ ਸ਼ੋਅ ਕਰਨਾ ਬਹੁਤ ਜ਼ਿਆਦਾ ਯੂ ਨੋ ਡੇਅਰਿੰਗ ਕੰਮ ਵੀ ਹੁੰਦਾ ਕਿਸੇ ਕਿਸੇ ਲਈ, ਅਤੇ ਕਿਸੇ ਲਈ ਬਹੁਤ ਸੌਖਾ ਹੁੰਦਾ, ਲੇਕਿਨ ਜਿਹੜੇ ਪਰਫੋਰਮਰ, ਸਪੋਜ਼ ਕੋਈ ਪਰਫੋਰਮਰ ਹੈ, ਸਪੋਜ਼ ਕਰੋ ਮੈਂ ਅਗਰ ਪਰਫੋਰਮਰ ਬਣਨਾ ਚਾਹੁੰਦੀ ਹਾਂ, ਤਾਂ ਮੇਰੇ 'ਚ ਕੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ? ਦੇਖੋ ਜੀ, ਵਧੀਆ ਗਾਣਾ ਆਉਣਾ ਚਾਹੀਦਾ ਸਭ ਤੋਂ ਪਹਿਲੇ, ਤਾਂ ਸੁਰ ਤੁਹਾਡਾ ਪਕੜ 'ਚ ਹੋਣਾ ਚਾਹੀਦਾ, ਕਿਉਂਕਿ ਲਾਈਵ ਦਾ ਜ਼ਮਾਨਾ, ਸੀਡੀ ਸੂੜੀ ਨਹੀਂ ਚੱਲਦੀ ਹੁਣ, ਹੈ ਨਾ, ਸੀਡੀ ਵਾਲੇ ਗਾਣੇ ਇੱਕ ਗਾਣਾ ਹਿੱਟ ਹੋ ਜੇ ਤਾਂ ਚੱਲ ਜਾਂਦਾ, ਦੋ ਚੱਲ ਜਾਂਦੇ ਨੇ, ਉਸ ਤੋਂ ਬਾਅਦ ਨਹੀਂ ਚੱਲਦਾ, ਅਤੇ ਤੁਹਾਡੀ ਸਟੇਜ ਮਜ਼ਬੂਤ ਬੜੀ ਹੋਣੀ ਚਾਹੀਦੀ ਹੈ, ਤੁਹਾਡੀ ਇੰਟਰੈਕਸ਼ਨ ਲੈਵਲ ਲੋਕਾਂ ਨਾਲ, ਕਿ ਲੋਕ ਕੀ ਚਾਹੁੰਦੇ ਨੇ, ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਆਪ ਦੇ ਹੀ ਗਾਣੇ ਗਾਣੇ ਨੇ, ਅਸੀਂ ਤਾਂ ਸਟੇਜ 'ਤੇ ਹਰ ਇੱਕ ਦੇ ਗਾਣੇ ਗਾਈਦਾ। ਜੇ ਮੈਂ ਤੁਹਾਨੂੰ ਹੁਣ ਕਹਾਂ ਕਿ ਤੁਸੀਂ ਕਿਸੇ ਆਪਣੇ ਬੈਸਟ ਸਿੰਗਰ ਦਾ ਗਾਣਾ ਗਾਓ, ਤੇ ਤੁਸੀਂ ਕਿਹੜਾ ਗਾਣਾ ਸਟੇਜ ਤੇ ਪਰਫਾਰਮ ਕਰੋਗੇ? ਉਹ ਗੁੜ ਨਾਲੋਂ ਇਸ਼ਕ ਮਿੱਠਾ, ਓਹੋ ਨੀ ਗੁੜ ਨਾਲੋਂ ਇਸ਼ਕ ਮਿੱਠਾ ਆਏ, ਉਹ ਹੁਣ ਤਾਂ ਲੱਗ ਗਿਆ ਦੱਸ ਕੀ ਕਰੇ, ਨੀ ਗੁੜ ਨਾਲੋਂ ਇਸ਼ਕ ਮਿੱਠਾ, ਨੀ ਬਾਲ ਜੇ ਬਲੌਂਡ ਕਰਕੇ, ਨੀ ਕੁੜੀ ਸਿਡਨੀ ਕੌਮਦੀ, ਦਿਸ ਇਜ਼ ਲਾਈਕ ਇਦਾਂ ਦੇ, ਕਿਉਂਕਿ ਇਹ ਗਾਣਾ ਐਸਾ ਹੈ ਨਾ, ਕਈ ਗਾਣੇ ਤੁਹਾਨੂੰ ਐਸੇ ਮਿਲਦੇ ਨੇ, ਸਾਡੇ ਉਸਤਾਦ ਜੀ ਦਾ ਗਾਣਾ, ਕਿ ਇਹ ਮੈਂ ਨਹੀਂ, ਮਿੱਕੇ ਭਾਅ ਜੀ ਹੋ ਗਏ, ਮੀਤ ਬ੍ਰਦਰਸ ਹੋ ਗਏ, ਮੈਂ ਜਿੰਨੇ ਵੀ ਸਟੇਜ ਸ਼ੋਅਜ਼ ਦੇਖੇ ਹੈ, ਕਨਿਕਾ ਹੋ ਗਏ, ਸਾਰਿਆਂ ਨੇ ਇਹ ਗਾਣਾ ਗਾਣਾ ਹੀ ਗਾਣਾ ਹੈ। ਐਗਜ਼ੈਕਟਲੀ, ਇਹ ਗਾਣਾ ਜ਼ਰੂਰ ਚੱਲਦਾ ਹੈ, ਬਿਲਕੁਲ ਠੋਕ ਹੈ, ਇਦਾਂ ਦੇ ਗਾਣੇ, ਇਹਨੂੰ ਹੁਣ ਸ਼ਾਇਦ ਮੈਂ ਰੀਮੇਕ ਵੀ ਕਰਾਂਗਾ ਇਸ ਗਾਣੇ ਨੂੰ। ਬਿਲਕੁਲ, ਅੱਛਾ, ਇਸ ਸੌਂਗ ਦਾ ਵੀ ਰੀਮੇਕ ਆ ਰਿਹਾ ਤੁਹਾਡਾ? ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ। ਦੈਟਸ ਰੀਲੀ ਕੂਲ, ਦੈਟਸ ਰੀਲੀ ਕੂਲ। ਦੀਪ ਬਨੀ, ਫਿਲਮਾਂ ਦੀ ਗੱਲ ਹੋ ਗਈ, ਸੌਂਗਸ ਦੀ ਵੀ ਗੱਲ ਹੋ ਗਈ, ਤੁਸੀਂ ਅਪਕਮਿੰਗ ਸੌਂਗ ਬਾਰੇ ਵੀ ਸਾਨੂੰ ਦੱਸਤਾ, ਅਤੇ ਬਾਲੀਵੁੱਡ 'ਚ ਅਗਰ ਗੱਲ ਕਰੀਏ, ਸਲਮਾਨ ਖਾਨ ਤਾਂ ਤੁਹਾਡੇ ਸਮੀਰੋਂ, ਤੁਸੀਂ ਉਹਨਾਂ 'ਤੇ ਤਾਂ ਕਰ ਦਿੱਤਾ। ਮੈਂ ਨਹੀਂ ਕੀਤਾ ਜੀ, ਉਹਨਾਂ ਨੇ ਮੇਰੇ 'ਤੇ ਕਰਮ ਕੀਤਾ ਹੈਗਾ, ਮੈਂ ਕੁਛ ਨਹੀਂ ਕਰਨ ਵਾਲਾ, ਮੇਰੇ ਵਰਗੇ ਤਾਂ 36,000 ਫਿਰਦੇ ਨੇ ਉਹਨਾਂ ਦੇ ਅੱਗੇ ਪਿੱਛੇ, ਮੈਂ ਕੁਛ ਨਹੀਂ ਕੀਤਾ, ਇਹ ਸਭ ਦਾਤਾ ਕਰਨ ਵਾਲਾ, ਸਭ ਮਹਾਰਾਜ ਕਰਨ ਵਾਲਾ, ਅਤੇ ਸਲਮਾਨ ਬਾਈ ਦਾ ਬਹੁਤ ਬਹੁਤ ਸ਼ੁਕਰੀਆ, ਜਿਨ੍ਹਾਂ ਨੂੰ ਮੇਰੀ ਆਵਾਜ਼ ਪਸੰਦ ਆਈ, ਜਿਨ੍ਹਾਂ ਨੇ ਮੇਰੀ ਆਵਾਜ਼ 'ਤੇ ਡਾਂਸ ਵੀ ਕੀਤਾ। ਹਾਂ, ਐਗਜੈਕਟਲੀ, ਮੈਂ ਉਹੀ ਤੁਹਾਡੇ ਤੋਂ ਕੁਸ਼ਚਨ ਅਗਲਾ ਪੁੱਛਣਾ ਚਾਹ ਰਹੀ ਸੀ, ਕਿ ਮਤਲਬ ਯੂ ਨੋ ਇੱਕ ਬਹੁਤ ਬੜੀ ਗੱਲ ਹੈ ਕਿ ਸਲਮਾਨ ਖਾਨ ਨੇ ਯੂ ਨੋ, ਤੁਸੀਂ ਚਾਹੋਗੇ ਅਗਲਾ ਕਿਹੜਾ ਐਕਟਰ ਹੋਵੇ ਤੁਸੀਂ? ਮੈਂ ਇੱਕ ਗੱਲ ਕਹੂੰਗਾ ਕਿ ਜਿਹੜਾ ਸਾਨੂੰ ਓਪਨ ਹੈਂਡਡਲੀ ਬੁਲਾਏਗਾ ਨਾ, ਸ਼ੰਕਰ ਅਹਿਸਾਨ ਲੋਏ ਜੀ, ਕਿਉਂਕਿ ਹੁਣ ਆਵਾਜ਼ ਦੀ ਮਾਰਕੀਟ, ਹੁਣ ਐਸੇ ਪਲੇਟਫਾਰਮ 'ਤੇ ਗਾਣਾ ਆ ਗਿਆ ਕਿ ਹਰ ਇੱਕ ਮਿਊਜ਼ਿਕ ਡਾਇਰੈਕਟਰ ਨੇ ਵੋਕਲ ਸੁਣਨੇ ਆ, ਅਤੇ ਜਿਹਦਾ ਜਿਹਦਾ ਕਾਲ ਆਏਗਾ, ਆਈ ਐਮ ਰੀਲੀ ਫ੍ਰੀ ਟੂ ਡੂ ਵਰਕ। ਸੋ ਦੀਪ ਮਨੀ, ਤੁਹਾਡੇ ਬਹੁਤ ਸਾਰੇ ਟਰੈਕਸ ਆਏ, ਜ਼ਹਿਰ ਹੋ ਗਿਆ ਹੈ ਨਾ, ਹੋਰ ਵੀ ਲੱਕ ਤੇਰਾ, ਬਹੁਤ ਸਾਰੇ ਹਿੱਟ, ਇੱਕ ਤੋਂ ਬਾਅਦ ਇੱਕ ਹਿੱਟ ਟਰੈਕ, ਜਿੰਨੇ ਵੀ ਆਏ ਦਰਸ਼ਕਾਂ ਨੇ ਕਾਫੀ ਪਸੰਦ ਕੀਤੇ, ਤੁਹਾਡਾ ਆਪਣਾ ਫੇਵਰੇਟ ਟਰੈਕ, ਵੈਸੇ ਤਾਂ ਮੈਨੂੰ ਪਤਾ ਕਿ ਤੁਸੀਂ ਕਹੋਗੇ ਕਿ ਮੇਰੇ ਤਾਂ ਸਾਰੇ ਫੇਵਰੇਟ ਹੈ, ਬਟ ਫਿਰ ਵੀ ਇੱਕ ਕੋਈ ਜਿਹੜਾ ਤੁਹਾਡਾ ਫੇਵਰੇਟ ਹੋਵੇ? ਬਲਸ਼ ਤੁਸੀਂ ਬਲਸ਼ ਕਰ ਵੀ ਰਹੇ ਹੋ, ਮੈਂ ਵੀ ਬਲਸ਼ ਕਰ ਰਹੀ ਤੁਹਾਨੂੰ ਦੇਖ ਕੇ। ਜਦੋਂ ਕੁੜੀਆਂ 'ਚ ਗੱਲ ਤੇਰੀ ਹੁੰਦੀ ਏ, ਵੇ ਮੈਂ ਮੱਲੋ ਮੱਲੀ ਸੋਹਣਿਆ ਬਲਸ਼ ਕਰਦੀ ਹੋ, ਵੇਟ ਕਰਦੀ ਰਹਿੰਦੀ ਆ ਚੰਨ ਮੱਖਣਾ, ਕਦੋਂ 14 ਫੈਬ ਵਾਲਾ ਦਿਨ ਆਉਣਾ ਵੇ, ਕੀ ਬਾਤ ਹੈ, ਕੰਮ ਦੁਨੀਆਂ ਤੋਂ ਵੱਖਰਾ ਹੀ ਕਰਨਾ ਦੀਪ ਮਨੀ, ਤੈਨੂੰ ਰੋਜ਼ ਫੜਾਉਣਾ ਵੇ, ਗੱਲ ਮੁਟਿਆਰ ਦੀ ਮੈਂ ਵੀ ਹੋ ਜੂ ਤੇਰੀ ਦੁਨੀਆਂ ਤੋਂ ਨਹੀਂ ਉਹ ਡਰਦੀ, ਜਦੋਂ ਕੁੜੀਆਂ 'ਚ ਗੱਲ ਤੇਰੀ ਹੁੰਦੀ ਏ, ਵੇ ਮੈਂ ਮੱਲੋ ਮੱਲੀ ਸੋਹਣਿਆ ਬਲਸ਼ ਕਰਦੀ। ਕੀ ਬਾਤ ਹੈ, ਕੀ ਬਾਤ ਹੈ, ਤੁਹਾਨੂੰ ਦੇਖ ਕੇ ਤਾਂ ਹਰ ਕੁੜੀ ਬਲਸ਼ ਕਰੇਗੀ, ਕਿ ਤੁਸੀਂ ਇੰਨੇ ਪੋਜ਼ਿਟਿਵ ਜੋ ਹੈਗੇ ਹੋ, ਔਰ ਤੁਹਾਡੀ ਗੱਲਾਂ ਵੀ ਕਾਫੀ ਪੋਜ਼ਿਟਿਵ ਹੈ। ਦੂਸਰੀ ਗੱਲ ਇਹ ਕਿ ਤੁਸੀਂ ਬਾਲੀਵੁੱਡ 'ਚ ਜਾਂ ਬਾਲੀਵੁੱਡ 'ਚ ਕਿਸ ਕੁੜੀ ਨੂੰ ਦੇਖ ਕੇ ਬਲਸ਼ ਕਰਦੇ ਹੋ, ਦੱਸ ਦਿਓ ਕਿ ਤੁਹਾਡਾ ਕਿਸੇ 'ਤੇ ਕ੍ਰਸ਼ ਹੈ? ਦਸ਼ 'ਤੇ ਕ੍ਰਸ਼ ਕੋਈ ਇੱਦਾਂ ਦਾ ਨਹੀਂ ਹੈ, ਹਾਲੇ ਸਿਰਫ ਮਿਊਜ਼ਿਕ ਨਾਲ ਕ੍ਰਸ਼ ਹੈ, ਮਿਊਜ਼ਿਕ ਨਾਲ ਪਿਆਰ ਹੈ। ਤੁਸੀਂ ਮੈਨੂੰ ਬੋਲੋ, 2 ਦਿਨ ਆਪਾਂ ਨਾ ਸਟੂਡੀਓ ਲਾਉਣੇ ਨੇ, ਸੋਹਣਾ ਨਹੀਂ, ਖਾਣਾ ਨਹੀਂ, ਪੀਣਾ ਨਹੀਂ, ਆਪਾਂ 2 ਦਿਨ ਸਟੂਡੀਓ, ਇੱਦਾਂ ਦਾ ਕੋਈ ਕੰਮ ਨਹੀਂ ਹੈ। ਵੈਰੀ ਨਾਈਸ, ਵੈਰੀ ਨਾਈਸ, ਮਤਲਬ ਮਿਊਜ਼ਿਕ ਹੀ ਤੁਹਾਡਾ ਕ੍ਰਸ਼ ਹੈ, ਅਤੇ ਮਿਊਜ਼ਿਕ 'ਤੇ ਹੀ ਤੁਸੀਂ ਬਲਸ਼ ਕਰਦੇ ਹੋ, ਅਤੇ ਇੱਥੇ ਸਾਡੇ ਇੱਕ ਹੋਰ ਕਲੀਗ ਬੈਠੇ ਆ, ਸੰਧੂ ਸਾਹਿਬ। ਸੰਧੂ ਜੀ, ਕੀ ਸਵਾਲ ਪੁੱਛਣਾ ਚਾਹੁੰਦੇ ਹੋ ਤੁਸੀਂ ਆਪਣੇ ਫੈਨ ਤੋਂ? ਭਾਅ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਨੇ? ਵਧੀਆ ਜੀ, ਵਧੀਆ। ਮੈਂ ਤਾਂ ਇੱਕੋ ਸਵਾਲ ਪੁੱਛਣਾ ਵੀ, ਆਉਣ ਵਾਲਾ ਪ੍ਰੋਜੈਕਟ ਕੀ ਹੈ, ਕੀ ਨਵਾਂ ਲੈ ਕੇ ਆ ਰਹੇ ਹੋ? ਆਉਣ ਵਾਲਾ ਪ੍ਰੋਜੈਕਟ, ਹਾਲੇ ਸੰਧੂ ਸਾਹਿਬ ਤੁਸੀਂ ਦੇਖਿਆ ਹੋਣਾ, ਸਲਮਾਨ ਬਾਈ ਦੀ ਪਿਕਚਰ ਰੇਸ 3 ਦਾ ਗਾਣਾ ਸਭ ਤੋਂ ਮੇਨ ਮੇਜਰ ਟਾਈਟਲ ਮੇਰਾ ਹੀ ਹੈ। ਅੱਛਾ ਜੀ, ਉਹ ਮੈਂ ਹੀ ਗਾਇਆ, ਜੇ ਨਹੀਂ ਦੇਖਿਆ ਤਾਂ ਤੁਸੀਂ ਪਲੀਜ਼ ਦੇਖਿਓ, ਰੇਸ 3 ਦਾ ਸਭ ਤੋਂ ਜਿਹੜਾ ਮਸ਼ਹੂਰ ਗਾਣਾ ਹਾਲੇ ਹੀਰੀਏ ਚੱਲਦਾ, ਉਹ ਮੈਂ ਗਾਇਆ ਹੈਗਾ,
ਡੀਜੇ ਫਲੋ ਨਾਲ ਵੀ ਗਾਣਾ ਰੇਡੀ ਹੈਗਾ, ਸਿੰਗਲ ਵੀ ਰੇਡੀ ਕਾਫੀ ਹੈਗੇ ਨੇ, ਬਾਲੀਵੁੱਡ ਦੇ ਗਾਣੇ ਵੀ ਰੇਡੀ ਨੇ, ਹੁਣ ਧੀਰੇ ਧੀਰੇ ਦੇਖਾਂਗੇ ਕਿ ਕੀ ਲੈ ਕੇ ਆਵਾਂਗੇ, ਪਰ ਪਹਿਲੇ ਡੀਜੇ ਫਲੋ ਵਾਲਾ ਗਾਣਾ ਲੈ ਕੇ ਆਵਾਂਗੇ ਨਾਲ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੁਦੀਪ ਮਨੀ, ਹੁਣ ਗੱਲਾਂ ਬਾਤਾਂ ਹੋ ਗਈਆਂ, ਵੈਸੇ ਦਿਲ ਤਾਂ ਨਹੀਂ ਕਰ ਰਿਹਾ ਕਿ ਤੁਸੀਂ ਜਾਓ, ਪਰ ਫਿਰ ਵੀ ਕੀ ਕਰੀਏ, ਨਹੀਂ ਤੁਸੀਂ ਵੀ ਜਾਣਾ ਮੈਂ ਵੀ ਜਾਣਾ, ਇੱਕਦਮ ਇਹਨਾਂ ਨੇ ਪ੍ਰੈਕਟੀਕਲ ਜੀ ਗੱਲ ਕਹੀ ਹੈ। ਦੀਪ ਮਨੀ ਇਜ਼ ਰੀਲੀ ਵੈਰੀ ਪ੍ਰੈਕਟੀਕਲ, ਤੇ ਮੈਨੂੰ ਪ੍ਰੈਕਟੀਕਲ ਲੁੱਕ ਬਹੁਤ ਪਸੰਦ ਹੈ, ਤੇ ਜਾਂਦੇ ਜਾਂਦੇ ਸਾਡੇ ਇੰਡੀਅਨ ਨਿਊਜ਼ ਪੰਜਾਬ ਦੇ ਦਰਸ਼ਕਾਂ ਦੇ ਲਈ ਇੱਕ ਪਿਆਰਾ ਜਿਹਾ ਬਿਊਟੀਫੁਲ ਜਿਹਾ ਮੈਸੇਜ। ਜਿੰਨੇ ਵੀ ਇੰਡੀਆ ਨਿਊਜ਼ 'ਚ ਆਪਣਾ ਕੀਮਤੀ ਸਮਾਂ ਦੇਖ ਕੇ ਕੱਢ ਕੇ ਮੈਨੂੰ ਦੇਖ ਰਹੇ ਨੇ, ਇਹਨਾਂ ਨੂੰ ਸੁਣ ਰਹੇ ਨੇ, ਇਹਨਾਂ ਗਰਮੀ ਦੇ ਅੰਦਰ ਇਹ ਇੰਟਰਵਿਊ ਲੈ ਰਹੇ ਨੇ, ਹੈ ਨਾ, ਅਤੇ ਉਹਨਾਂ ਦੇ ਚਰਨਾਂ 'ਚ ਪੈਰਾਂ 'ਚ ਸਾਰਿਆਂ ਦੇ ਮਾਤਾਵਾਂ ਭੈਣਾਂ ਬਜ਼ੁਰਗਾਂ ਦੇ ਮੇਰਾ ਨਮਸਕਾਰ, ਮੈਂ ਮੱਥਾ ਟੇਕਦਾ ਜੀ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਰਗੇ ਨੂੰ ਸੁਣ ਰਹੇ ਹੋ। ਅਤੇ ਇੱਕੋ ਚੀਜ਼ ਕਹੂੰਗਾ ਜੀ, ਓਟ ਆਸਰਾ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਲੈਣਾ ਲਾਈਫ ਦੇ ਅੰਦਰ, ਕੁਛ ਨਹੀਂ। ਜਿੱਦਾਂ ਅਸੀਂ ਆਪਣੀ ਗੱਲਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਜਾਂ ਮਾਂ ਬਾਪ ਨਾਲ ਸ਼ੇਅਰ ਕਰਦੇ ਹਾਂ, 10 ਮਿੰਟ ਬਹਿ ਕੇ ਕਦੀ ਜ਼ਿਆਦਾ ਪਰੇਸ਼ਾਨੀ ਹੋਏ ਨਾ ਤਾਂ ਮਹਾਰਾਜ ਨਾਲ ਸ਼ੇਅਰ ਕਰੋ, ਮਹਾਰਾਜ ਆਪਣੇ ਆਪ ਸੁਣਦਾ। ਸਮਾਂ ਸਾਰਿਆਂ ਦਾ ਆਉਂਦਾ, ਪਰ ਪੇਸ਼ੈਂਸ ਰੱਖਣੀ ਪੈਣੀ ਹੈ, ਚਾਹੇ ਜਰਨਲਿਜ਼ਮ ਦੇ ਅੰਦਰ, ਚਾਹੇ ਸਿੰਗਿੰਗ ਦੇ ਅੰਦਰ, ਅਤੇ ਚਾਹੇ ਹੀ ਕੋਈ ਵੀ ਫੀਲਡ ਦੇ ਅੰਦਰ। ਓਟ ਆਸਰਾ ਮਹਾਰਾਜ ਦੇ ਨਾਲ ਰੱਖ ਕੇ ਚੱਲੋਗੇ, ਮਹਾਰਾਜ ਕਦੀ ਨਹੀਂ ਪਿੱਠ ਲੱਗਣ ਦੇਗਾ ਤੁਹਾਡੇ। ਬਿਲਕੁਲ ਬਿਲਕੁਲ, ਅਤੇ ਤਾਂਹੀਓ ਤੁਸੀਂ ਦੇਖਿਆ ਕਿ ਟਾਟੂ ਵੀ ਦੀਪ ਮਨੀ ਨੇ ਬਣਾਇਆ, ਮਨ ਨੀਵਾਂ ਅਤੇ ਮਤ ਉੱਚੀ, ਅਤੇ ਇਹਨਾਂ ਦੀ ਜਿਹੜਾ ਮੈਸੇਜ ਇਹਨਾਂ ਨੇ ਨਾ ਸ਼ਾਨਦਾਰ ਦਿੱਤਾ, ਅਤੇ ਇੰਨਾ ਜਾਨਦਾਰ ਦਿੱਤਾ ਹੈ ਕਿ ਸੀਰੀਅਸਲੀ ਹਰ ਯੂਥ ਲਈ ਵੀ ਇਹਨਾਂ ਨੇ ਮੈਸੇਜ ਦੇ ਦਿੱਤਾ ਹੈ, ਅਤੇ ਸਾਰੀ ਜਨਤਾ ਲਈ ਵੀ ਇੰਨਾ ਅੱਛਾ ਮੈਸੇਜ ਦਿੱਤਾ ਦੀਪ ਮਨੀ ਨੇ। ਥੈਂਕ ਯੂ ਸੋ ਮਚ ਦੀਪ ਮਨੀ ਆਉਣ ਦੇ ਲਈ ਔਰ ਸਾਡੇ ਦਰਸ਼ਕਾਂ ਨੂੰ ਇੰਨਾ ਪਿਆਰ ਦੇਣ ਦੇ ਲਈ, ਥੈਂਕ ਯੂ ਸੋ ਮਚ। ਅਤੇ ਹੁਣ ਆਪਾਂ ਚੱਲੀਏ ਹੋਰ ਗੱਲਬਾਤ ਕਰੀਏ, ਚਲੋ ਚੱਲਦੇ ਹਾਂ, ਬਾਏ ਬਾਏ।